ਜਿੱਥੇ ਇੱਕ ਪਾਸੇ ਕਰਫਿਊ ਦੇ ਚੱਲਦੇ ਡਿਊਟੀ 'ਤੇ ਤਾਇਨਾਤ ਪੁਲਿਸ ਅਧਿਕਾਰੀਆਂ 'ਤੇ ਬੀਤੇ ਕੱਲ੍ਹ ਪਟਿਆਲਾ 'ਚ ਹਮਲਾ ਕੀਤਾ ਗਿਆ, ਉੱਥੇ ਹੀ ਪੁਲਿਸ ਦੇ ਵੱਲੋਂ ਪੂਰੀ ਤਨਦੇਹੀ ਦੇ ਨਾਲ ਨਿਭਾਈ ਜਾ ਰਹੀ ਡਿਊਟੀ ਦੀ ਪ੍ਰਸ਼ੰਸਾ ਕਰਦੇ ਹੋਏ ਬਟਾਲਾ ਪੁਲਿਸ ਫੋਰਸ ਦਾ ਫੁੱਲਾਂ ਦੇ ਨਾਲ ਸਵਾਗਤ ਕੀਤਾ ਗਿਆ। ਬਟਾਲਾ ਦੀ ਰਾਧਾ ਕ੍ਰਿਸ਼ਨ ਕਲੋਨੀ 'ਚ ਫਲੈਗ ਮਾਰਚ ਕਰ ਰਹੇ ਪੁਲਿਸ ਅਧਿਕਾਰੀ ਅਤੇ ਬਟਾਲਾ ਪੁਲਿਸ ਮੁਲਾਜ਼ਮਾਂ ਦਾ ਕਲੋਨੀ ਨਿਵਾਸੀਆਂ ਨੇ ਫੁੱਲਾਂ ਦੇ ਨਾਲ ਭਰਵਾਂ ਸਵਾਗਤ ਕੀਤਾ। ਉੱਥੇ ਹੀ ਲੋਕਾਂ ਦਾ ਕਹਿਣਾ ਸੀ ਕਿ ਪੰਜਾਬ ਪੁਲਿਸ ਇਸ ਔਖੀ ਘੜੀ ਦੇ ਵਿੱਚ ਲੋਕਾਂ ਦੀ ਹਿਫਾਜ਼ਤ ਅਤੇ ਕੋਰੋਨਾ ਦੇ ਬਚਾਅ ਦੇ ਲਈ ਸੜਕਾਂ 'ਤੇ ਪੂਰੀ ਤਨਦੇਹੀ ਦੇ ਨਾਲ ਆਪਣੀ ਡਿਊਟੀ ਨਿਭਾ ਰਹੀ ਹੈ ਅਤੇ ਉਹਨਾਂ ਨੇ ਬੀਤੇ ਕੱਲ੍ਹ ਪਟਿਆਲਾ 'ਚ ਕੁਝ ਲੋਕਾਂ ਦੇ ਵੱਲੋਂ ਪੁਲਿਸ 'ਤੇ ਹਮਲੇ ਦੀ ਘਟਨਾ ਦੀ ਨਿੰਦਾ ਕੀਤੀ ਅਤੇ ਸਭ ਨੂੰ ਜਿੱਥੇ ਕੋਰੋਨਾ ਤੋਂ ਬਚਾਅ ਦੇ ਲਈ ਘਰਾਂ 'ਚ ਰਹਿਣ ਦੀ ਅਪੀਲ ਕੀਤੀ। ਉੱਥੇ ਹੀ ਉਹਨਾਂ ਨੇ ਕਿਹਾ ਹੈ ਕਿ ਸਾਰੇ ਲੋਕਾਂ ਨੂੰ ਇਸ ਮੁਸ਼ਕਿਲ ਘੜੀ ਵਿੱਚ ਡਿਊਟੀ ਨਿਭਾ ਰਹੇ ਲੋਕਾਂ ਦਾ ਧੰਨਵਾਦ ਵੀ ਕਰਨਾ ਚਾਹੀਦਾ ਹੈ। ਉੱਥੇ ਹੀ DSP ਬਟਾਲਾ ਗੁਰਦੀਪ ਸਿੰਘ ਦੇ ਵੱਲੋਂ ਲੋਕਾਂ ਦਾ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਮਿਲ ਰਹੇ ਲੋਕਾਂ ਨਾਲ ਨਾਲ ਡਿਊਟੀ 'ਤੇ ਤਾਇਨਾਤ ਹਰ ਪੁਲਿਸ ਅਫਸਰ ਅਤੇ ਮੁਲਾਜ਼ਮ ਦਾ ਮਨੋਬਲ ਵਧਦਾ ਹੈ। ਜਿਸ ਮਾਹੌਲ ਦੇ ਵਿੱਚ ਉਹ ਇਸ ਵੇਲੇ ਸਾਰਾ ਸੰਸਾਰ ਗੁਜ਼ਰ ਰਿਹਾ, ਡਿਪਟੀ ਸਾਹਿਬ ਨੇ ਬਹੁਤ ਹੀ ਵਿਸਤਾਰ ਨਾਲ ਔਰ ਬਹੁਤ ਹੀ ਪ੍ਰੇਰਨਾ ਸਰੋਤ ਜੋ ਸਟੋਰੀਆਂ ਸੁਣਾਈਆਂ ਹਨ, ਜੋ ਹਿਸਟਰੀ ਦੱਸੀ ਹੈ ਇਸ ਬਿਮਾਰੀ ਦੀ, ਇੱਕ ਤਾਂ ਦੁਸ਼ਮਣ ਸਾਹਮਣੇ ਹੁੰਦਾ ਹੈ, ਨਜ਼ਰ ਆਉਂਦਾ ਹੈ, ਪਰ ਕੋਰੋਨਾ ਵਾਇਰਸ ਇੱਕ ਐਸਾ ਸਾਡਾ ਦੁਸ਼ਮਣ ਹੈ ਜਿਹੜਾ ਸਾਨੂੰ ਅੱਖਾਂ ਦੇ ਨਾਲ ਨਜ਼ਰ ਨਹੀਂ ਆ ਰਿਹਾ ਔਰ ਉਸਦੇ ਨਾਲ ਲੜਾਈ ਕਰਨੀ ਪੈ ਰਹੀ ਹੈ। ਉਹ ਜਿੱਦਾਂ ਚੂਹੇ ਜਿਹੜੇ ਨੇ ਆਪਣੇ ਖੁੱਡਾਂ 'ਚ ਚਲੇ ਜਾਂਦੇ ਹਨ ਅਤੇ ਜਿਹੜਾ ਤੂਫਾਨ ਉੱਥੋਂ ਗੁਜ਼ਰ ਜਾਂਦਾ ਅਤੇ ਜਦੋਂ ਤੂਫਾਨ ਗੁਜ਼ਰ ਆਪਣੇ ਪੰਜਾਬ ਪੁਲਿਸ ਦੇ ਜਿਹੜੇ ਆਪਣੇ ਘਰ ਬਾਰ ਛੱਡ ਕੇ ਸਾਡੀ ਸੇਵਾ ਲਈ ਹਾਜ਼ਰ ਹੋਏ ਨੇ ਅਤੇ ਜੇ ਇਹ ਜਿਹੜੀਆਂ ਪਿੱਛੇ ਕਈਆਂ ਨੇ ਵਿਰੋਧ ਕੀਤੇ ਕਿ ਪੁਲਿਸ ਵਾਲੇ ਡਾਂਗਾ ਚਲਾ ਰਹੇ ਨੇ, ਸਖਤੀ ਵਰਤ ਰਹੇ ਨੇ, ਪਾਓ ਉਹ ਡਾਂਗਾ ਜਿਹੜੀਆਂ ਨੇ ਨਾ, ਪੁਲਿਸ ਵਾਲੇ ਕਹਿੰਦੇ ਅਸੀਂ ਡਾਂਗਾ ਜ਼ਰੂਰ ਚਲਾ ਸਕਦੇ ਪਰ ਇਹਨਾਂ ਦੀਆਂ ਲਾਸ਼ਾਂ ਨਹੀਂ ਚੁੱਕ ਸਕਦੇ। ਵੈਸੇ ਤਾਂ ਜੇਕਰ ਸੋਚਿਆ ਜਾਵੇ, ਦੇਖਿਆ ਜਾਵੇ ਤਾਂ ਜੋ ਅਸੀਂ ਪਹਿਲਾਂ ਜ਼ਿੰਦਗੀ ਬਤੀਤ ਕਰਦੇ ਸੀ ਇਹਨੇ ਸਾਨੂੰ ਉੱਥੇ ਹੀ ਲਿਆ ਕੇ ਖੜਾ ਕਰ ਦਿੱਤਾ। ਕਿਸੇ ਨਾਲ ਹੱਥ ਨਹੀਂ ਮਿਲਾਉਣਾ, ਦੂਰੋਂ ਹੱਥ ਜੋੜ ਕੇ ਨਮਸਕਾਰ ਸਤਿ ਸ੍ਰੀ ਅਕਾਲ ਕਰਨੀ, ਜਿਹਦੇ ਤੋਂ ਛੂਤ ਦੀ ਬਿਮਾਰੀ ਨਹੀਂ ਸੀ ਹੁੰਦੀ। ਦੇਣ ਵਾਸਤੇ ਅਸੀਂ ਆਪਣੇ ਘਰਾਂ 'ਚ ਆਵਾਂਗੇ, ਬੋਲੋ, ਔਰ ਅਸੀਂ ਕਿਸੇ ਦੇ ਘਰ ਨਹੀਂ ਜਾਵਾਂਗੇ। ਥੈਂਕ ਯੂ। ਅੱਜ ਕ੍ਰਿਸ਼ਨਾ ਕਲੋਨੀ ਦੇ ਵਿੱਚ ਸਾਡਾ ਪੁਲਿਸ ਦਾ
ਪਬਲਿਕ ਨੇ, ਕਲੋਨੀ ਵਾਸੀਆਂ ਨੇ ਬਹੁਤ ਜ਼ਿਆਦਾ ਸਾਡੀ ਰਿਸਪੈਕਟ ਕੀਤੀ, ਬਹੁਤ ਸਾਨੂੰ ਇੱਜ਼ਤ ਦਿੱਤੀ, ਮਾਣ ਸਤਿਕਾਰ ਦਿੱਤਾ। ਮੈਂ ਇਹਨਾਂ ਲੋਕਾਂ ਦਾ ਬੜਾ ਆਭਾਰੀ ਹਾਂ ਪੰਜਾਬ ਪੁਲਿਸ ਵੱਲੋਂ। ਜੇਕਰ ਸਾਡੇ ਇੱਦਾਂ ਹੀ ਹੌਸਲੇ ਵੱਧਦੇ ਰਹੇ ਤਾਂ ਅਸੀਂ ਕਰੋਨਾ ਨਾਲ ਟੱਕਰ ਲੈਣ ਵਾਸਤੇ ਇਹ ਬਹੁਤ ਤੋਂ ਬਹੁਤ ਵੱਧ ਤੋਂ ਵੱਧ ਚੜ੍ਹ ਕੇ ਡਿਊਟੀ ਕਰਾਂਗੇ। ਅਸੀਂ 24 ਘੰਟੇ ਡਿਊਟੀ ਕਰਦੇ ਹਾਂ, ਅਸੀਂ ਹੋਰ ਵੀ ਜ਼ਿਆਦਾ ਸਖਤ ਡਿਊਟੀ ਕਰਨ ਲਈ ਤਿਆਰ ਹਾਂ। ਮੈਂ ਕਲੋਨੀ ਵਾਸੀਆਂ ਦਾ ਬਹੁਤ ਧੰਨਵਾਦੀ ਹਾਂ। ਮੈਂ ਬਾਕੀ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਫਿਰ ਕਰੂੰਗਾ ਕਿ ਕਰੋਨਾ ਨਾਲ ਲੜਾਈ ਕਰਨ ਵਾਸਤੇ ਆਪਣੇ ਘਰ ਵਿੱਚ ਰਹੋ, ਕਿਉਂਕਿ ਦੁਸ਼ਮਣ ਅਦ੍ਰਿਸ਼ ਹੈ। ਅਦ੍ਰਿਸ਼ ਦੁਸ਼ਮਣ ਹੋਣ ਕਰਕੇ ਛੁਪਣ ਵਿੱਚ ਹੀ ਭਲਾਈ ਹੈ, ਛੁਪ ਕੇ ਹੀ ਟਾਈਮ ਕੱਟਿਆ ਜਾਏ। ਥੈਂਕ ਯੂ ਜੀ। ਕੱਲ੍ਹ ਜੋ ਪਟਿਆਲੇ ਦੇ ਵਿੱਚ ਜਿਹੜੀ ਇੱਕ ਸਾਡੇ ਪੁਲਿਸ ਮੁਲਾਜ਼ਮ ਹੋਣਾ ਨਾ, ਜਿਹੜਾ ਤੁਸੀਂ ਸਾਰਿਆਂ ਨੂੰ ਪਤਾ ਵੀ ਇੱਕ ਉਹਨਾਂ ਦਾ ਗੁੱਟ ਲੱਥ ਗਿਆ। ਸੋ ਜੇ ਪੰਜਾਬ ਪੁਲਿਸ ਸਖਤੀ ਕਰਦੀ ਹੈ ਉਹ ਵੀ ਸਾਡੇ ਫਾਇਦੇ ਵਾਸਤੇ ਕਰਦੀ ਹੈ, ਜੇ ਉਹ ਸਖਤੀ ਨਾ ਕਰੇ ਤਾਂ ਮੈਨੂੰ ਨਹੀਂ ਲੱਗਦਾ ਵੀ ਲੋਕ ਘਰਾਂ 'ਚ ਬੈਠੇ ਨਾ ਹੋਣ। ਸੋ ਅੱਜ ਰਾਧਾ ਕ੍ਰਿਸ਼ਨਾ ਕਲੋਨੀ ਵਿੱਚ ਸਾਰੇ ਹੀ ਆਪਣੇ ਕਲੋਨੀ ਦੇ ਅਤੇ ਮੁਹੱਲੇ ਦੇ ਨਿਵਾਸੀਆਂ ਨੇ ਇੱਕ ਕੱਲ੍ਹ ਦਾ ਜੋ ਐਪੀਸੋਡ ਹੋਇਆ ਸੀ ਉਹਨੂੰ ਦੇਖ ਕੇ ਪ੍ਰਣ ਕੀਤਾ ਵੀ ਅਸੀਂ ਆਪਾਂ ਪੰਜਾਬ ਪੁਲਿਸ ਦੀ ਜਿਹੜੇ ਦਿਲੋਂ ਮਾਣ ਸਨਮਾਨ ਕਰਨਾ ਹੈ, ਔਰ ਉਸ ਸੰਬੰਧੀ ਅੱਜ ਜਦੋਂ ਅਸੀਂ ਪੰਜਾਬ ਪੁਲਿਸ ਦਾ ਹੌਸਲਾ ਅਫਜ਼ਾਈ ਕਰਾਂਗੇ। ਸਾਡੇ ਡਿਪਟੀ ਸਾਹਿਬ ਮਲਿਕ ਜੀ ਜਿਨ੍ਹਾਂ ਨੇ ਬਹੁਤ ਵਧੀਆ ਬਟਾਲੇ ਵਾਸਤੇ ਵੀ ਕੰਮ ਕੀਤਾ ਔਰ ਰਾਤ ਦਿਨ ਆਪਣੇ ਪਰਿਵਾਰਾਂ ਨੂੰ ਛੱਡ ਕੇ ਜਿਹੜੇ ਸਾਡੇ ਸੇਫਟੀ ਵਾਸਤੇ ਸਾਡੇ ਨਾਲ ਖਲੋ ਰਹੇ ਨੇ, 24 ਘੰਟੇ ਡਿਊਟੀਆਂ ਦੇ ਰਹੇ ਨੇ, ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਹਾਂ। ਸਾਰੀ ਕਲੋਨੀ ਇਹਨਾਂ ਦਾ ਧੰਨਵਾਦ ਕਰਦੀ ਹੈ ਔਰ ਅਸੀਂ ਇਹਨਾਂ ਦੀ ਹੌਸਲਾ ਅਫਜ਼ਾਈ ਤਾਂ ਕਰ ਰਹੇ ਹਾਂ ਵੀ ਇਹਨਾਂ ਦੇ ਮਨਾਂ ਦੇ ਵਿੱਚ ਕੰਮ ਕਰਨ ਦੀ ਦ੍ਰਿੜਤਾ ਜਿਹੜੀ ਆ, ਹੋਰ ਉਤਸ਼ਾਹਿਤ ਅਤੇ ਲੋਕਾਂ ਦਾ ਜਿਹੜਾ ਪਿਆਰ ਆ ਉਹ ਇਹਨਾਂ ਨੂੰ ਨਜ਼ਰ ਆਵੇ, ਤਾਂ ਜੋ ਕਿ ਇਹਨਾਂ ਨੂੰ ਕਿਤੇ ਇਹ ਨਾ ਲੱਗੇ ਵੀ ਜੇ ਕੱਲ੍ਹ ਦਾ ਇੰਸੀਡੈਂਟ ਜਿਹੜਾ ਵਾ ਸਾਡੇ ਕਿਤੇ ਦੁੱਖ ਦੀ ਘੜੀ ਜਿਸ ਤਰ੍ਹਾਂ ਕਹਿ ਦਈਏ ਵੀ ਅਸੀਂ ਇਹਨਾਂ ਦੇ ਨਾਲ ਦਿਲੋਂ ਵੱਧ ਚੜ੍ਹ ਕੇ ਸਾਥ ਦੇ ਰਹੇ ਹਾਂ ਜੀ। ਧੰਨਵਾਦ। ਬੁਲੰਦ ਟੀਵੀ ਲਈ ਬਟਾਲਾ ਤੋਂ ਜਸਵਿੰਦਰ ਬੇਦੀ ਦੀ ਰਿਪੋਰਟ।